ਵਾਲਾਂ ਨੂੰ ਭਾਜੀ ਮਾਹੀ ਮਾੜੇ ਮੋਟੇ ਕਰਾ ਲਈ ਇਹ ਐ ਕਰਕੇ ਨਾ ਐ ਕਰ ਲਈਦਾ ਫਿਰ ਇਹ ਰੇਤੇ ਉਹ ਜਿਹਾ ਬਣ ਜਾਂਦਾ ਇਹ ਲੋਕੀ ਮੈਨੂੰ ਨਾ ਮੁੰਡਾ ਚਾਚੀ ਦਾ ਬਣਾਉਂਦੇ ਆ ਪਹਿਲਵਾਨ ਦੀ ਵੀ ਕੀਤੀ ਸੀ ਉਹ ਬੱਲੋ ਪਹਿਲਵਾਨ ਦੀ ਇਹ ਪਹਿਲਵਾਨ ਇਹ ਕੋ ਭਾਜੀ ਸੋਫੇ ਤੋਂ ਉੱਠਿਆ ਨੀ ਆਣ ਡਿਆ ਸੀ ਇਹਨੇ ਮੈਨੂੰ ਕਿੱਦਾਂ ਕੁੱਟ ਲਿਆ ਇਹ ਕੁਦੇ ਤੁਰ ਤੁਰ ਕੇ ਬਾਹਰ ਤੀ ਕੰਮ ਬੂਹੇ ਚ ਜਾਇਆ ਆ ਡਿਆ ਇੱਕ ਮੁੰਡਾ ਵਿਚਾਰਾ ਨਾਲ ਜਾਂਦਾ ਸੀ ਜੇ ਮਾ ਗਈ ਇੱਕ ਗਿੱਪੀ ਨਾਲ ਟੀਜ਼ਰ ਆ ਗਿਆ ਵਾ ਛਾਵਾਂ ਨੀ ਗਿਰਦਾੜੀ ਲਾਲ ਇਹਦੀ ਭੈਣ ਨੂੰ ਸਾਲਾ ਸਾਡੇ ਪਿੰਡ ਨਾ ਲੈ ਜੇ ਕਿਸੇ ਨੂੰ ਪੱਟ ਗਏ ਹੈਂ ਇਹ ਗੱਲ ਹੋਈ ਤੇ ਬਾਕੀ ਦੋ ਤਿੰਨ ਡਾਇਲੋਗ ਵਾ ਤੇ ਉਹ ਫਿਰ ਫਿਲਮ ਚ ਆਪੇ ਵੇਖੂਗੀ ਜੇ ਹੁਣੇ ਦੱਸ ਤਾਂ ਫਿਰ ਫਿਲਮ ਨਹੀਂ ਇੰਨਾ ਵੇਖਣੀ ਬਣੇ ਆ ਮਜ਼ਾਕ ਭਾਵੇਂ ਹਾਲੇ ਆ ਜਵਾਕ ਭਾਵੇਂ ਰੱਬ ਦੀ ਰਜਾਜ ਹੋ ਕੇ ਕੰਮ ਦੱਸੂਗਾ ਟਾਈਮ ਦੱਸੂ ਟਾਈਮ ਦੱਸੂ ਟਾਈਮ ਦੱਸੂਗਾ ਕੌਣ ਕਿੰਨੇ ਪਾਣੀ ਵਿੱਚ ਟਾਈਮ ਦੱਸੂਗਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਮੈਂ ਗੁਰਚੇਤ ਸਿੰਘ ਔਲਖ ਜਿਵੇਂ ਲਗਾਤਾਰ ਨਵੇਂ ਨਵੇਂ ਚਿਹਰੇ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰੀ ਦੀ ਹੈ ਪਰ ਅੱਜ ਇੱਕ ਨਵਾਂ ਚਿਹਰਾ ਨਹੀਂ ਇੱਕ ਪੁਰਾਣਾ ਚਿਹਰਾ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗੇ ਹਾਂ ਪੁਰਾਣਾ ਚਿਹਰਾ ਤੁਸੀਂ ਸਾਰਿਆਂ ਨੇ ਉਹ ਬੰਦੇ ਨੂੰ ਦੇਖਿਆ ਹੋਊਗਾ ਪਛਾਣਿਆ ਹੋਊਗਾ ਜਿਵੇਂ ਪਹਿਲਾਂ ਅਸੀਂ ਇੱਕ ਪਹਿਲਵਾਨ ਨੂੰ ਲੈ ਕੇ ਆਏ ਸੀ ਮੋਟੇ ਜਿਹੇ ਨੂੰ ਪਰ ਇੱਕ ਹੁਣ ਉਹਦੇ ਵਰਗਾ ਹੀ ਜਿਹੜਾ ਫੇਮਸ ਬੰਦਾ ਹੈ ਠੀਕ ਆ ਜਿਹੜਾ ਮਾਝੇ ਦਾ ਨਾਂ ਲਈਏ ਤਾਂ ਉਹ ਪਹਿਲਾਂ ਹੀ ਉਹਦਾ ਨਾਂ ਆ ਜਾਂਦਾ ਹੈ ਮਾਝੇ ਵਾਲਾ ਗੋਲੂ ਅੱਜ ਉਹਦੇ ਘਰੇ ਪਹੁੰਚੇ ਹਾਂ ਅਤੇ ਅੱਜ ਉਹਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਮਸ਼ਹੂਰ ਹੋਇਆ ਅਤੇ ਜਿਹੜੀ ਪਿੱਛੇ ਜੇ ਇੱਕ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਵੀ ਕਾਫੀ ਗੱਲਾਂ ਬਾਤਾਂ ਇਸ ਛੋਟੂ ਬਾਰੇ ਕੀਤੀਆਂ ਸੀ ਪਰ ਇਹ ਛੋਟਾ ਨਹੀਂ ਬਹੁਤ ਪਹੁੰਚੀ ਹੋਈ ਚੀਜ਼ ਆ ਗੱਲਬਾਤ ਕਰਦੇ ਆਪਾਂ ਮਾਝੇ ਵਾਲੇ ਗੋਲੂ ਨਾਲ ਮਾਝੇ ਵਾਲੇ ਗੋਲੂ ਸਵਾਗਤ ਹੈ ਵੀਰੇ ਕੀ ਹਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ ਬਸ ਠੀਕ ਠਾਕ ਤੂੰ ਸੁਣਾ ਕਿਵੇਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਗੋਲੂ ਮਾਝੇ ਵਾਲਾ ਵਾਲਾ ਨੂੰ ਕੀ ਹੋਏ ਇਹ ਵਾਲਾ ਨੂੰ ਭਾਜੀ ਮਾਹੀ ਮਾੜੇ ਮੋਟੇ ਕਰਾ ਲਈ ਕਿਉਂ ਇਹ ਸੋਹਣੇ ਦੇ ਨੇ ਨਹੀਂ ਨਹੀਂ ਸੋਹਣੇ ਦੇ ਨਹੀਂ ਰੰਗ ਕਰਾਇਆ ਅੱਛਾ ਤੇ ਗਾਂ ਜਨੂੰ ਕਿਉਂ ਅੱਖਾਂ 'ਚ ਨਹੀਂ ਪੈਂਦੇ ਇਹ ਐਂ ਕਰਕੇ ਨਾ ਐਂ ਕਰ ਲਈਦਾ ਫਿਰ ਇਹ ਰੇਤੇ ਉਹ ਜਿਹਾ ਬਣ ਜਾਂਦਾ ਇੱਟਾ ਬਣ ਜਾਂਦਾ ਹਾਂਜੀ ਅੱਛਾ ਮਾਝੇ ਵਾਲਾ ਗੋਲੂ ਬਣਿਆ ਕਿਵੇਂ ਨਾਂ ਦਾ ਪੂਰਾ ਕੀ ਤੇਰਾ ਵੈਸੇ ਮੇਰਾ ਨਾਂ ਪੂਰਾ ਹੈਗਾ ਜੀ ਸਾਰੇ ਸੁਹੋਤਾ ਤੇ ਗੋਲੂ ਗੋਲੂ ਮੇਰਾ ਨਾਂ ਇਹ ਕਿਵੇਂ ਬਣ ਗਿਆ ਸਹਿਜ ਤੋਂ ਗੋਲੂ ਇਹ ਭਾਜੀ ਮੇਰੀ ਸਾਡੀ ਕਾਸਟ ਆ ਨਾ ਸੁਹੋਤਾ ਆ ਕੀ ਹੁੰਦਾ ਇਹ ਫਿਰ ਬੰਦਾ ਚੁਸਤ ਹੋ ਜਾਂਦਾ ਨਾ ਐਂ ਕਰਕੇ ਇਹ ਅੰਗੜਾਈ ਲੈ ਕੇ ਆ ਐ ਚੁਸਤ ਹੀ ਦਾ ਤੇ ਸਾਡੀ ਕਾਸਟ ਆ ਸੁਹੋਤਾ ਤੇ ਮੈਂ ਕਾਸਟ ਨੂੰ ਵੀ ਲਾ ਲਈਏ ਨਾਲ ਹੈ ਅੱਛਾ ਉਹਦਾ ਮੈਂ ਸਹਿਜ ਖਾਨ ਰੱਖਣਾ ਸੀ ਸਹਿਜ ਖਾਨ ਸਹਿਜ ਖਾਨ ਕਿਉਂ ਪਨੀਰੀ ਪੁੱਟਣ ਇਹ ਮੁੰਡੇ ਉਹਨਾਂ ਸੇੜਤਾ ਮੈਨੂੰ ਕਹਿੰਦੇ ਪਾਰਲਰ ਦੇ ਮੁੰਡੇ ਮੈਂ ਉੱਥੇ ਗਾਲ ਗੁਲ ਕੱਢਾ ਉੱਥੇ ਹੀ ਤੇ ਪਤਾ ਨੀ ਗੱਲ ਕੀ ਹੋਈ ਆ ਇਹ ਲੋਕੀ ਮੈਨੂੰ ਨਾ ਮੁੰਡਾ ਚਾਚੀ ਦਾ ਬਣਾਉਂਦੇ ਆ ਤੰਦਰੁਸਤ ਰਹਿਣ ਵਾਲੀ ਦੇ ਰਹਿੰਦੇ ਫਿਰ ਚੁੰਮੇ ਵਾਲੀ ਭਾਬੀ ਕਿਤੇ ਢਿੱਡ ਐਡਾ ਹੁਣ ਤੇ ਮੈਂ ਫਿੱਟ ਹੋ ਗਿਆ ਵਾ ਪਰ ਉਹ ਕਹਿੰਦੇ ਨਾ ਸ਼ਰਾਰਤ ਉਹਦੇ ਵਾਂਗੂ ਕਰਦਾ ਉਹਦੇ ਨਾਲ ਰਹਿੰਦਾ ਹੁੰਦਾ ਐਵੇਂ ਉਹ ਤੇ ਭਾਰੀ ਇੰਟਰਵਿਊ ਲਈ ਚੱਲ ਉਹ ਤੇ ਬੱਕਰੀ ਗੱਲ ਵਾ ਤੂੰ ਇੰਟਰਵਿਊ ਲੈ ਲੈਣਾ ਕਿਵੇਂ ਬੋਲੇ ਬੋਲ ਕੇ ਕਿਵੇਂ ਇੰਟਰਵਿਊ ਕਿਵੇਂ ਲਈਦੀ ਆ ਤੂੰ ਵੇਖ ਲੈ ਫੋਨ ਤੇ ਅੱਛਾ ਜੇ ਤੂੰ ਮੇਰੀ ਇੰਟਰਵਿਊ ਲੈਣੀ ਫਿਰ ਕਿਵੇਂ ਲਾਂਗਾ ਉਹ ਜੇ ਭੁੱਲ ਭੁੱਲ ਗਿਆ ਚੇਤਾ 9 ਮਹੀਨੇ ਪਹਿਲਾਂ ਦੀ ਕੀਤੀ ਹੈ ਤੂੰ ਵੇਖ ਤੇ ਫੋਨ ਤੇ 9 ਮਹੀਨੇ ਆਊਗਾ ਅੱਛਾ ਹਾਂਜੀ ਫਿਰ ਕਿਵੇਂ ਮਸ਼ਹੂਰ ਗੋਲੂ ਉਹ ਜਿਹੜਾ ਤੇਰਾ ਨਾਮ ਆ ਹਾਂਜੀ ਇਹ ਇੰਸਟਾਗ੍ਰਾਮ ਤੇ ਕਿੱਦਾਂ ਜ਼ਿਆਦਾ ਮਸ਼ਹੂਰ ਹੋ ਗਿਆ ਇਹ ਭਾਜੀ ਸੁੱਖ ਭਾਜੀ ਜਦੋਂ ਇਹ ਨਾ ਵੀਡੀਓ ਵਾਇਰਲ ਹੋਈ ਨਾ ਤੁਹਾਡੇ ਲਾਗੇ ਗਵਾਂਢੀ ਮੁੰਡਾ ਉਹਨੇ ਦੱਸਿਆ ਵੀ ਸੁੱਖ ਸਿੰਘੜਾ ਭਾਜੀ ਇਹਦੇ ਗੱਲ ਕਰਨੀ ਉਦੋਂ ਗੱਲ ਹੋਈ ਗੱਲਬਾਤ ਹੋਈ ਤੇ ਭਾਜੀ ਫਿਰ ਮੈਂ ਭਾਜੀ ਪ੍ਰੇਮ ਭਾਜੀ ਨਾਲ ਵੀ ਗੱਲ ਕਰਾਵਾਂ ਉਹਨਾਂ ਪ੍ਰੇਮ ਭਾਜੀ ਨਾਲ ਗੱਲ ਕਰਾਈ ਤੇ ਉਹਨਾਂ ਉਦਾਂ ਹੀ ਉਹ ਆਂਦੇ ਹਾਂ ਵੀ ਅੜੀ ਤੇ ਮੈਂ ਹਾਂਜੀ ਅਸੀਂ ਗੱਲ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੇ ਉਹਨਾਂ ਬਾਅਦ ਗੋਲੂ ਦੇ ਭਾਜੀਆਂ ਦੇ ਉਹਨਾਂ ਨਾਂ ਦਾ ਤਾਂ ਉਹਦੇ ਗੋਲੂ ਤੇ ਫਿਰ ਗੋਲੂ ਦੇ ਨਾਂ ਤੋਂ ਮਸ਼ਹੂਰ ਹੋ ਗਿਆ ਗੋਲੂ ਦੇ ਨਾਂ ਤੋਂ ਮਸ਼ਹੂਰ ਹੋ ਗਿਆ ਤੇ ਗੋਲੂ ਜਿਹੜੀਆਂ ਤੂੰ ਇੰਟਰਵਿਊ ਕੀਤੀਆਂ ਦੋ ਤਿੰਨ ਇੱਕ ਤੂੰ ਮੇਰੇ ਖਿਆਲ ਨਾਲ ਭਲਵਾਨ ਦੀ ਵੀ ਕੀਤੀ ਸੀ ਉਹ ਬੱਲੋ ਭਲਵਾਨ ਦੀ ਆ ਫਿਰ ਕੀ ਹੋਇਆ ਸੀ
ਫਿਰ ਕੋਕੜੀ ਇੰਟਰਵਿਊ ਕੀਤੀ ਤੇ ਉਹ ਹਿੱਲੀ ਜਾਵੇ ਉੱਥੇ ਇੱਕ ਥਾਂ ਬੈਠਾ ਸੀ ਇੱਕ ਥਾਂ ਬੈਠਾ ਹਿੱਲੀ ਜਾਵੇ ਹਾਂਜੀ ਉਹ ਕਹਿੰਦਾ ਇਹਨੇ ਮੈਨੂੰ ਕੁੱਟਿਆ ਮੈਂ ਉਹਨੂੰ ਕੁੱਟਿਆ ਗੋਲੂ ਨਹੀਂ ਭਾਜੀ ਕਿੱਥੇ ਕੁੱਟਿਆ ਵਾ ਐਵੇਂ ਕੁੱਟਿਆ ਕੁੱਟਿਆ ਨੀ ਜੇ ਇਹਨੇ ਕਿਹਾ ਨਾ ਬਈ ਇਹ ਗੱਡੀ ਭਜਾ ਕੇ ਲੈ ਲਈ ਆਪਾਂ ਹਨਾ ਗੱਡੀ ਭਜਾ ਲਈ ਪਰ ਭਾਜੀ ਗੱਡੀ ਗੁੱਡੀ ਨੀ ਜੇ ਭਜਾਈ ਇਹਨੇ ਰੋਟੀ ਪਾਣੀ ਖਾ ਕੇ ਤੇ ਕੁੱਟਿਆ ਕੁੱਟਿਆ ਹੈ ਨੀ ਇਹਨਾਂ ਨੇ ਇੰਟਰਵਿਊ ਲੈ ਕੇ ਮੈਂ ਆਪਣੇ ਰੂਮ ਚ ਚਲ ਗਿਆ ਵਾ ਤੇ ਬਾਹਰ ਰੋਟੀ ਪਾਣੀ ਖਾ ਕੇ ਚੱਲ ਤੇ ਇਹਨੇ ਕੁੱਟਿਆ ਕੁੱਟਿਆ ਨੀ ਨਾ ਹੀ ਗੱਡੀ ਭਜਾਈ ਇਹਨਾਂ ਨੇ ਤੇ ਕੁੱਟਿਆ ਕਿਨੇ ਫਿਰ ਕੁੱਟਿਆ ਮੈਂ ਕੁੱਟਿਆ ਸਗੋਂ ਉਹਨੂੰ ਤੂੰ ਕੁੱਟਿਆ ਨੂੰ ਹਾਂਜੀ ਤੇ ਝੂਠ ਬੋਲਦਾ ਹਾਂਜੀ ਝੂਠ ਬੋਲਦਾ ਏ ਇਹ ਆਪਦੀ ਟੀਆਰਪੀ ਲਿਆਉਂਦਾ ਇਹਦੇ ਕੋ ਭਾਜੀ ਸੋਫੇ ਤੋਂ ਉੱਠਿਆ ਨਹੀਂ ਆਉਣ ਡਿਆ ਸੀ ਇਹਨੇ ਮੈਨੂੰ ਕਿੱਦਾਂ ਕੁੱਟ ਲਿਆ ਇਹਦੇ ਕੋ ਤੇ ਤੁਰ ਤੁਰ ਕੇ ਬਾਹਰ ਦੀ ਗਾ ਮਹਾ ਬੂਹੇ ਚ ਜਾਇਆ ਆਉਣ ਡਿਆ ਸੀ ਇੱਕ ਮੁੰਡਾ ਵਿਚਾਰਾ ਨਾਲ ਜਾਂਦਾ ਸੀ ਆਂਦਾ ਭਾਈ ਬਾਥਰੂਮ ਕਰ ਲਈਏ ਮੈਂ ਹਾਂ ਭਰਾਵਾ ਦੋ ਗਾੜ ਇਹਦੇ ਨਾਲ ਚਾਹੀਦੇ ਜੇ ਹੋਰ ਇਹਨੇ ਫਿਰ ਉੱਠਿਆ ਜਾਣਾ ਇਹਦੇ ਕੋ ਹਾਂਜੀ ਤਬ ਤੂੰ ਮਿਲਿਆ ਕਿੱਦਾਂ ਇਹਨੂੰ ਇਹਨੂੰ ਭਾਜੀ ਇਹ ਜਿਹੜਾ ਮੇਰਾ ਮੈਨੇਜਰ ਸੀ ਨਾ ਤੇ ਉਹਨਾਂ ਨੇ ਮਿਲਾਇਆ ਤੇਰਾ ਮੈਨੇਜਰ ਹਾਂਜੀ ਤੂੰ ਮੈਨੇਜਰ ਵੀ ਰੱਖਿਆ ਤਗੜਾ ਬੰਦਾ ਵੱਡਾ ਬੰਦਾ ਨਹੀਂ ਭਾਜੀ ਵੱਡੇ ਕਰੇ ਨਹੀਂ ਯਾਰ ਵੱਡੇ ਬੰਦੇ ਦੇ ਮੈਨੇਜਰ ਹੁੰਦੇ ਬੋਡੀਗਾਰਡ ਵੀ ਹੁੰਦੇ ਗਨਮੈਨ ਹੁੰਦੇ ਕਿੱਥੇ ਨੇ ਤੇਰੇ ਗਨਮੈਨ ਨਹੀਂ ਲੈ ਰੱਖੇ ਸੀ ਹਾਂ ਹਲੇ ਨਹੀਂ ਨਾ ਇੰਨਾ ਖਤਰਾ ਹਲੇ ਮੈਂ ਫਿਲਮਾਂ ਫਿਲਮਾਂ ਆ ਲਾਂਦੇ ਫਿਰ ਖਤਰਾ ਆਈ ਨਹੀਂ ਤੇਰੀ ਫਿਲਮ ਕਹਿੰਦੇ ਫਿਲਮ ਆ ਗਈ ਇੱਕ ਗਿੱਪੀ ਨਾਲ ਟੀਜ਼ਰ ਆ ਗਿਆ ਵਾ ਸ਼ਾਵਾ ਨਹੀਂ ਗਰਦਾਰੀ ਨਾਲ ਤੇ ਸਾਰਿਆਂ ਨੇ ਦੇਖਣਾ ਵਾ ਤੇ ਬਹੁਤ ਹੀ ਵਧੀਆ ਫਿਲਮ ਵਾ 17 ਨੂੰ ਰਿਲੀਜ਼ ਹੋਣੀ ਮੈਂ ਵੀ ਜਾਣਾ ਵਾ ਤੂੰ ਵੀ ਜਾਣਾ ਹਾਂਜੀ ਉਹ ਫਿਲਮ 'ਚ ਕੀ ਕੀਤਾ ਫਿਰ ਫਿਲਮ 'ਚ ਉਂਤਰਾ ਬਣਿਆ ਮੈਂ ਹੈ ਉਂਤਰਾ ਉਂਤਰਾ ਸ਼ਖਾਨ ਬਣਿਆ ਚ ਪੂਰਾ ਤੇ ਅੱਛਾ ਇਹ ਬੀਬੀ ਜੀ ਲੱਗ ਬੈਠੀ ਜਿਹੜੇ ਮੈਮ ਨਹੀਂ ਹੁੰਦੇ ਅਰਜੀਤਾ ਫਿਲਮ 'ਚ ਮੈਮ ਤੇ ਉਹਨਾਂ ਉਹਦੇ ਉਹ ਇਦਾਂ ਗੱਲਬਾਤ ਕਰਦੇ ਹੁੰਦੇ ਮੈਂ ਹਾਂ ਇਹਦੀ ਭੈਣ ਨੂੰ ਸਾਲਾ ਸਾਡੇ ਪੁੰਨ ਨਾਲ ਲੈ ਜੇ ਕਿਸੇ ਨੂੰ ਪੱਟ ਕੇ ਹੈ ਇਹ ਗੱਲ ਹੋਈ ਤੇ ਬਾਕੀ ਦੋ ਤਿੰਨ ਡਾਇਲੌਗ ਵਾ ਉਹ ਫਿਰ ਫਿਲਮ ਜਾਪੇ ਵੇਖੂਗੀ ਜੇ ਹੁਣੇ ਦੱਸ ਤਾਂ ਮੈਂ ਫਿਲਮ ਨਹੀਂ ਇਹਨਾਂ ਵੇਖਣੀ ਪਰ ਤੂੰ ਗਾਲਾਂ ਕਿਉਂ ਕੱਢਦਾ ਯਾਰ ਜਾ ਭਰੀ ਇਹ ਗਾਲਾਂ ਮੈਂ ਨਹੀਂ ਜੇ ਕੱਢੀਆਂ ਹਾਂ ਇਹ ਗਾਲਾਂ ਪਤਾ ਕਿੱਦਾਂ ਵਾ ਮੈਨੂੰ ਛੇੜਦੇ ਸੀ ਤੇ ਗਾਲਾਂ ਮੈਂ ਕੱਢਤੀਆਂ ਫਿਰ ਤੈਨੂੰ ਛੇੜਦੇ ਸੀ ਹਾਂਜੀ ਠੀਕ ਹੈ ਫਿਰ ਉਦਾਂ ਨਹੀਂ ਮੈਂ ਕੱਢੀਆਂ ਉਹਨਾਂ ਤੁਹਾਨੂੰ ਨਹੀਂ ਨਾ ਕੱਢੀਆਂ ਨੇ ਬਸ ਇਹ ਕਿਉਂ ਕਹਿੰਦੇ ਨੇ ਵੀ ਜਦੋਂ ਕੋਈ ਗੋਲੂ ਨੂੰ ਮਿਲ ਜਾਂਦਾ ਜੋ ਗੱਲਬਾਤ ਵੇ ਗਾਲਾਂ ਕੱਢਦਾ ਜਾ ਨਹੀਂ ਭਾਜੀ ਇਹ ਜਿਹੜਾ ਕੋਈ ਜੀ ਸਦਕੇ ਜਿਹੜਾ ਮਰਜ਼ੀ ਮਿਲਣਾ ਹੋਵੇ ਭਾਜੀ ਕੁੱਖ ਨਹੀਂ ਕਹੀਦਾ ਹੀ ਹੱਸ ਕੇ ਮਿਲੋ ਭਾਈ ਨਹੀਂ ਕਹਿੰਦੇ ਨਾ ਵੀ ਜਦੋਂ ਬੰਦਾ ਵੱਡਾ ਸਟਾਰ ਹੋਵੇ ਮੈਨੇਜਰ ਰੱਖਿਆ ਉਹਨੂੰ ਗਰਮੈਂਟ ਰੱਖੇ ਬੰਦੇ ਜਿਹਨਾਂ ਆਕੜ ਆ ਜਾਂਦੀ ਐਟੀਟਿਊਡ ਆ ਜਾਂਦਾ ਆ ਵੇਖ ਲਓ ਭਾਜੀ ਆ ਦੇ ਆਕੜਾ ਵੇਖ ਲਓ ਇੱਧਰ ਸਾਡੇ ਚ ਨਹੀਂ ਆਕੜ ਉਕਰ ਮੈਂ ਤਾਂ ਰੇੜੀਆਂ ਤੇ ਜਾ ਕੇ ਖਾਣਾ ਨਾ ਮੈਂ ਕੀ ਗੋਲ ਗੋਲ ਗੱਪੇ ਆਕੜ ਹੋਵੇ ਤਾਂ ਬੰਦਾ ਰੈਸਟੋਰੈਂਟਾਂ 'ਚ ਜਾਂਦਾ ਉਹਦੇ ਅਸੀਂ ਰੇੜੀਆਂ ਰੂੜੀਆਂ ਤੇ ਖਾਣੇ ਨੇ ਠੀਕ ਹੈ ਗੋਲ ਗੱਪੇ ਫੋਟੋ ਨਹੀਂ ਖਿਚਾਉਂਦੇ ਲੋਕੀ ਤੇਰੇ ਨਾਲ ਖਿਚਾਉਂਦੇ ਕਿਵੇਂ ਐਦਾਂ ਕਰਕੇ ਤੂੰ ਵੀ ਖਿਚਾਉਣਾ ਉਹਨਾਂ ਨਾਲ ਫੋਟੋ ਖਿਚਾ ਲਈਦੀ ਆਹਾਂ ਤੇ ਗਿੱਪੀ ਕਰਿਆ ਦੀ ਜੋ ਫਿਲਮ 'ਚ ਗਿਆ ਕਿਵੇਂ ਗਿਆ ਤੂੰ ਕੀ ਹੋਇਆ ਸਾਰਾ ਇਹ ਪਰੀ ਮੈਨੂੰ ਨਹੀਂ ਪਤਾ ਲੱਗਾ ਮੇਰੇ ਮੈਨੇਜਰ ਨੇ ਦੱਸਿਆ ਸੀ ਅੱਛਾ ਮੈਨੇਜਰ ਕਿਹੜਾ ਯਾਰ ਪੇ ਤੇਰੇ ਮੈਨੇਜਰ ਨੂੰ ਮਿਲਣਾ ਆ ਕੀ ਉਹਦਾ ਮਨੀਸ਼ ਭਾਜੀ ਅੱਛਾ ਮਨੀਸ਼ ਭਾਜੀ ਹਾਂਜੀ ਠੀਕ ਹੈ ਕਿਵੇਂ ਮੈਂ ਕਿੰਨੀ ਤਨਖਾਹ ਦੇਣਾ ਫਿਰ ਉਹਨੂੰ ਪਤਾ ਨਹੀਂ ਤੂੰ ਮੈਨੇਜਰ ਤੁਹਾਡਾ ਯਾਰ ਤਨਖਾਹ ਤੁਸੀਂ ਦੇਵੋਗੇ ਸਾਰੀ ਗੱਲਬਾਤ ਉਹ ਕਰਦੇ ਆ ਸਾਰੀ ਗੱਲਬਾਤ ਉਹ ਨਾ ਕਰਨੀ ਆ ਸ਼ੋਅ ਦੀ ਜੋ ਵੀ ਕਰਨਾ ਹਾਂਜੀ ਪਰ ਹੁਣ ਸੁਣਾ ਗਾਂ ਵੀ ਲੈਣਾ ਯਾਰ ਤੇ ਹੁਣ ਮੇਰੇ ਵੱਡੇ ਵੀਰ ਕੋ ਮੈਨੇਜਮੈਂਟ ਪਹਿਲਾਂ ਨਾ ਕੋਈ ਆ ਬੈਠੇ ਵੱਡੇ ਵੀਰ ਨਾ ਕੀ ਆ ਗੁਰਦੇਵ ਸਿੰਘ ਅੱਛਾ ਉਹ ਨਾ ਕੋ ਹਾਂਜੀ ਤੂੰ ਗਾਂ ਵੀ ਲੈਣਾ ਯਾਰ ਹਾਂਜੀ ਕਿਹੜਾ ਗਾਣਾ ਜਿਹੜਾ ਮਰਜ਼ੀ ਬੁਲਾ ਲਓ ਚੱਲ ਸੁਣਾ ਫਿਰ ਕਦਾ ਗਾਣਾ ਕਿਹੜਾ ਕੋਈ ਵੀ ਸੁਣਾ ਜਿਹੜਾ ਤੈਨੂੰ ਆਉਂਦਾ ਸਾਈਡ ਸੁਣਾਣਾ ਕਿ ਦੂਜਾ ਹੀ ਇੱਕ ਸਾਈਡ ਸੁਣਾ ਇੱਕ ਦੂਜਾ ਸੁਣਾ ਚਲੋ ਚਿਰਾ ਤੋਂ ਹੀ ਸਾਡੇ ਨਾਲ ਰਸੀਆ ਬਹਾਰਾ ਸੀ ਕਰ ਸਾਡੇ ਸਾਈਕਲ ਤੇ ਖਾਬਾ ਵਿੱਚ ਕਾਰਾਂ ਸੀ ਬਣਿਆ ਮਜ਼ਾਕ ਭਾਵੇਂ ਹੱਲਿਆ ਜਵਾਕ ਭਾਵੇਂ ਰੱਬ ਦੀ ਰਜਾਜ ਹੋ ਕੇ ਕੰਮ ਦੱਸੂਗਾ ਟਾਈਮ ਦੱਸੂ ਟਾਈਮ ਦੱਸੂ ਟਾਈਮ ਦੱਸੂਗਾ ਕੌਣ ਕਿਨੇ ਪਾਣੀ ਵਿੱਚ ਟਾਈਮ ਦੱਸੂਗਾ ਟਾਈਮ ਦੱਸੂ ਟਾਈਮ ਦੱਸੂ ਟਾਈਮ ਦੱਸੂਗਾ ਕੌਣ ਕਿਨੇ ਪਾਣੀ ਵਿੱਚ ਟਾਈਮ ਦੱਸੂਗਾ ਹੁਣ ਗਿੱਪੀ ਭਾਜੀ ਦੱਸਣਾ ਵਾ ਨਿਤੂ ਲੱਖ ਕੋਸ਼ਿਸ਼ਾਂ ਹੁਣ ਕਰ ਲੈ ਗੱਲ ਹੁਣ ਉਹ ਨਹੀਂ ਬਣ ਸਕਦੀ ਤੇਰੀ ਮੇਰੀ ਯਾਰੀ ਚੱਲ ਹੁਣ ਉਹ ਨਹੀਂ ਬਣ ਸਕਦੀ ਉਹ ਨਹੀਂ ਬਣ ਸਕਦੀ ਗਿਫਟਾਂ ਨੂੰ ਅੱਗ ਲਾ ਕੇ ਫੂਕ ਦੇ ਕੁੜੇ ਤੇਰੇ ਕੋਲ ਬਸ ਮੈਨੂੰ ਹੰਝੂ ਹੀ ਜੁੜੇ ਤੂੰ ਤਾਂ ਪਿਆਰ ਕਹਿੰਦੀ ਸੀਗੀ ਹੋਣ ਗਏ ਜੁੜੇ ਸਾਲਾਂ ਦਾ ਰਿਲੇਸ਼ਨ ਭਲਾ ਟੁੱਟ ਗਿਆ ਹੁਣ ਤੇਰਾ ਰਸਣਾ ਫਰਕ ਪਾਉਂਦਾ ਨਾ ਹਾਂ ਫਰਕ ਤਾਂ ਦੋਹਾਂ ਵਿੱਚ ਬੜਾ ਪੈ ਗਿਆ ਬੜੇ ਗਾਣੇ ਗਾਉਣਾ ਯਾਰ ਤੂੰ ਕਿਹੜਾ ਚੱਕਰ ਫਿਲਮਾਂ 'ਚ ਕੰਮ ਕਰ ਹਾਂ ਜਾ ਕੇ ਫਿਲਮਾਂ ਭਰੀ ਹੁਣ ਹੌਲੀ ਹੌਲੀ ਬੰਦਾ ਵੇਮਾ ਜਾਊਗਾ ਸਾਰੇ ਭਰੀ ਲਾਣਗੇ ਫਿਲਮਾਂ 'ਚ ਸਾਰੇ ਜਾਏਗਾ ਹਾਂਜੀ ਬਾਨਾ ਕੀ ਵੱਡੇ ਹੋ ਗਏ ਤੂੰ ਵੱਡੇ ਹੋ ਗਏ ਮੈਂ ਹਾਲੀਵੁੱਡ ਬਾਲੀਵੁੱਡ ਸਾਰੇ ਤੋੜ ਦੇਣੇ ਮੈਂ ਤੂੰ ਕੰਮ ਕਿੱਥੇ ਕਰੇਗਾ ਉਹ ਤੋੜ ਨਹੀਂ ਦੇਣੇ ਮੈਂ ਕੰਮ ਕਰਨਾ ਵਿੱਚ ਅੱਛਾ ਸਾਰੇ ਤੋੜ ਕੇ ਆ ਲੜਾਈ ਲੜਾਈ ਵਾਲੇ ਵਿੱਚ ਉਹ ਵਾਲੇ ਲੜਾਈ ਕਰ ਲੈਣਾ ਨਾ ਕਰ ਲੈ ਜੀ ਨਕਲੀ ਕਰਨੀ ਹੁੰਦੀ ਆ ਅਸਲੀ ਜੀ 70 ਪੈ ਜਾਂਦੇ ਹੁੰਦੇ ਜੀ ਰਹਿੰਦੀ ਹੈ ਫਿਰ ਪਰ ਪੰਜਾਬੀ ਸਹੀ ਹੈ ਵੇਖੇ ਨਹੀਂ ਫਿਲਮਾਂ 'ਚ ਨਹੀਂ ਉੱਚ ਤੇ ਪੜੀਆਂ ਦੇ ਗੱਤੇ ਦੇ ਹੁੰਦੇ ਬਣਾਏ ਉਹ ਬੇਚ ਬੇਚ ਮੂੰਹ 'ਚ ਯਾਰ ਬੰਦੇ ਨੂੰ ਤਾਂ ਅਸਲ 'ਚ ਕੁੱਟ ਪੈਂਦੀ ਆ ਮੇਜਾਂ ਨੂੰ ਕੀ ਆਖਣਾ ਜੇ ਮੇਜ ਗੱਤੇ ਦੇ ਵੀ ਹੋਏ ਟੁੱਟਦੇ ਦੇ ਪਰ ਚਪੇੜ ਤਾਂ
ਅਸਲ ਜੀ ਪੈ ਵਜਣੀ ਆ ਹੁਣ ਤੁਸੀਂ ਮੇਰੇ ਨਾਲ ਨਾ ਮਾਰਦੇ ਹੋ ਰਹਿਣ ਦੋ ਤੁਸੀਂ ਨਹੀਂ ਮੈਂ ਨਹੀਂ ਮਾਰਦਾ ਚਪੇੜ ਹਾਂਜੀ ਫਿਰ ਕਰਦੇ ਕਿਵੇਂ ਨਾਲ ਤੈਨੂੰ ਸਪੋਰਟ ਕਰਦੇ ਨੇ ਪੂਰੀ ਫੁੱਲ ਭਰੀ ਸਕੂਲ ਤੁਸੀਂ ਸਕੂਲੇ ਪੜ੍ਹਨਾ ਕਿ ਤੂੰ ਹੀ ਆ ਬਸ ਆਈ ਉਹ ਬਲੂ ਭਲਵਾਨ ਨੂੰ ਕਹਿੰਦੀ ਛਤਰ ਛਤਰ ਪੈਣੇ ਮੈਂ ਨਹੀਂ ਭਰੀ ਭਰੀ ਦਾ ਹੁਣ ਪੇਪਰ ਹੋਣ ਡਿਆ ਇੱਕ ਦਿਨ ਚ ਤਿੰਨ ਪੇਪਰ ਆ ਭਰੀ ਅੱਛਾ ਆਪੇ ਕਰ ਲਈ ਕਿਹੜੀ ਕਲਾਸ ਚ ਤੂੰ 7th ਉਹ ਕਹਿੰਦਾ ਮੈਂ ਪਲੱਸ 2 ਵੀ ਕਰ ਲਈ ਆ ਕਦੀ ਕਹਿੰਦਾ ਮੈਂ ਸਕੂਲੇ ਹੀ ਨਹੀਂ ਗਿਆ ਮੈਂ ਭਾਰੀ ਵੱਡੇ ਲੋਕ ਆ ਤੁਹਾਨੂੰ ਪਤਾ ਆਹ ਭਾਰੀ ਉਹ ਬੱਲੋ ਨਹੀਂ ਅੱਛਾ ਆਹ ਭਾਰੀ ਮਾੜੇ ਬੰਦੇ ਹੱਥ ਜੋੜਦੇ ਨੇ ਆਹ ਇਦਾਂ ਸਹੀ ਭਾਰੀ ਅੱਛਾ ਮਤਲਬ ਜੇ ਦੋਨੇ ਜਾਣੇ ਲੱਗੇ ਭਾਏ ਨਾ ਕੌਣ ਜ਼ਿਆਦਾ ਵਧੀਆ ਕਮੇਟੀ ਕਰੂਗਾ ਬਾਗੇ ਵੇਲ ਲੋ ਨਹੀਂ ਬਾਗੇ ਵੇਲ ਗਏ ਹਾਂਜੀ ਕੌਣ ਜਿੱਤੂਗਾ ਜੇ ਭਾਰੀ ਮੈਂ ਗੱਲ ਫੋੜਤੀ ਉਹਨੇ ਮੇਰੇ ਤੇ ਔਖਾ ਹੋਣਾ ਵਾ ਤੇ ਜੇ ਉਹਨੇ ਫੋੜਤੀ ਤੇ ਮੈਂ ਔਖਾ ਹੋਣਾ ਵਾ ਤੇ ਜੇ ਦੋਵਾਂ ਨੂੰ ਲੜਾਈ ਲਈ ਆਪਾਂ ਮੁੱਕਿਆਂ ਕੀ ਤੇ ਮੇਰੀ ਤੇ ਭਾਰੀ ਅੱਗੇ ਆ ਕੇ ਕਮਾਂ ਤੂੰ ਇਹ ਲੱਤ ਬਾਤ ਰੋਣੀ ਕਰੇ ਨਹੀਂ ਆਪੇ ਤੇ ਕਹਿੰਦਾ ਉਹ ਤੋਂ ਹਿੱਲਿਆ ਨਹੀਂ ਜਾਂਦਾ ਯਾਰ ਉਹ ਨਹੀਂ ਮੈਂ ਠੀਕ ਹੋਣਾ ਤੂੰ ਨਾ ਹਾਂ ਪਾਵਰਫੁਲ ਹੋਣਾ ਮੈਂ ਠੀਕ ਹੋਣਾ ਤੂੰ ਅੱਗੇ ਨੂੰ ਤਾਂ ਤੂੰ ਲਿੱਸਾ ਹੋ ਗਿਆ ਪਾਵਰਫੁਲ ਕਿਦਾਂ ਇਹ ਲਿੱਸਾ ਨਹੀਂ ਹੋਇਆ ਭਾਈ ਇਹ ਮੈਂ ਹੋ ਗਿਆ ਫਿੱਟ ਹੁਣ ਮੈਂ ਫਿਲਮਾਂ ਚ ਜਾਣਾ ਵਾ ਉੱਚੇ ਢਿੱਡ ਥੋੜੀ ਕੱਢ ਕੇ ਕਹੂੰਗਾ ਹਨਾ ਹੁਣ ਅਗਲੇ ਭਾਰੀ ਫਿਲਮਾਂ ਹੁਣ ਬਚਪਨ ਦਾ ਰੋਲ ਆ ਜਾਂਦਾ ਵਾ ਹਨਾ ਗਿੱਪੀ ਭਾਰੀ ਤੇ ਮੈਂ ਬਚਪਨ ਚ ਗੁੰਡਾ ਹੁੰਦਾ ਜਿੱਦਾਂ ਮੈਂ ਨਿਆਣੇ ਨੂੰ ਕੁੱਟ ਦਿੰਦਾ ਮੈਂ ਇਦਾਂ ਹੀ ਬਾ ਵੱਡੇ ਉਹ ਗੈਂਗਸਟਰ ਬਣ ਜਾਂਦਾ ਤੇ ਉਹ ਫਿੱਟ ਹੀ ਹੁੰਦੇ ਆ ਹਾਂਜੀ ਪਰ ਤੂੰ ਕਰੇਗਾ ਕੋ ਨਾ ਕੋ ਨਹੀਂ ਅਸਲ ਚ ਨਹੀਂ ਫਿਲਮਾਂ ਚ ਹਾਂਜੀ ਚਲ ਫਿਰ ਕਰੇ ਕਰੇ ਕੌਣ ਕੌਣ ਕਰੇ ਵਾਲੀ ਮੰਮੀ ਡੈਡੀ ਮੈਂ ਦੀਦੀ ਤੇ ਦੋ ਵੱਡੇ ਭਰਾ ਅੱਛਾ ਬਾਕੀ ਚਾਚੇ ਤਾਂ ਚਾਚਾ ਚਾਚੀ ਦੋ ਉਹਨਾਂ ਦੇ ਮੁੰਡੇ ਤੇ ਬਸ ਫਿਰ ਆਂਢੀ ਗੁਆਂਢੀ ਆਂਢੀ ਗੁਆਂਢੀ ਹਾਂ ਗਲੀ ਜਨ ਪੋਸੇ ਜੀ ਮੈਂ ਭਾਰੀ ਕਾਟੀ ਗਰੇ ਮਾਰਦਾ ਇੱਧਰ ਕਿਉਂ ਨਹੀਂ ਆਪੇ ਨਾਲੇ ਕਹਿੰਦਾ ਮੈਂ ਰੇੜੀ ਤੇ ਜਾ ਕੇ ਖਾਉਣਾ ਭਾਜੀ ਕਦੀ ਤੂੰ ਨਾ ਮੈਂ ਬਾਹਰ ਭਾਜੀ ਉਹ ਗਲੀ ਚ ਨਹੀਂ ਲੱਗਦੀਆਂ ਕੌਣ ਨਹੀਂ ਗਲੀ ਚ ਲੱਗਦੀਆਂ ਉਹ ਰੇੜੀਆਂ ਹਾਂ ਜਿੱਦਾਂ ਹੁਣ ਚੱਲ ਜੀਏ ਬਟਾਲੇ ਬਟੂਲੇ ਆ ਜੇ ਆਕੜ ਹੋਏ ਤੇ ਬੰਦਾ ਰੈਸਟੋਰੈਂਟ ਚ ਜਾਂਦਾ ਰਹਿਣ ਦੇ ਸਾਡੇ ਰੇੜੀਆਂ ਤੋਂ ਇਹਨੂੰ ਪੈਸਾ ਜ਼ਿਆਦਾ ਕੋਲ ਹੋਵੇ ਤੇ ਆਹੋ ਤੇ ਹਾਂ ਭਾਜੀ ਨਹੀਂ ਪੈਸੇ ਪੂਏ ਦੀ ਨਹੀਂ ਗੱਲ ਕੋਈ ਆਹ ਇੱਦਾਂ ਖਾਲਦਾ ਵਾ ਵਧੀਆ ਲੱਗਦਾ ਵਾ ਫਿਰ ਜਿਹੜੀ ਐਕਟਿੰਗ ਜੀ ਕਰਦਾ ਉਹਨਾਂ ਕਿਵੇਂ ਕਰਦਾ ਹੁੰਦਾ ਮੌਕੇ ਤੇ ਕਰਦਾ ਨਾ ਜਾਂ ਆਪੇ ਗੱਲ ਬੋਲ ਇੱਕ ਬੰਦੇ ਨੇ ਭਾਰੀ ਮੈਨੂੰ ਪੁੱਛਿਆ ਆਡੇ ਪਿੰਡ ਦਾ ਹੀ ਆ ਆਂਦੇ ਕੈਮਰੇ ਗੜੀ ਬਿਨਾ ਸੰਗ ਨਹੀਂ ਆਉਂਦੀ ਮੈਂ ਹਾਂ ਯਾਰ ਤੂੰ ਮੇਰੇ ਨਾਲ ਹੀ ਚੱਲੀ ਆ ਤੂੰ ਉੱਥੇ ਹੱਸੀ ਜਾਣਾ ਸਹੀ ਗੱਲ ਭਾਰੀ ਤੇ ਮੈਂ ਹਾਂ ਭਰਾ ਤੂੰ ਨਾਲ ਹੀ ਚੱਲੀ ਤੇ ਤੈਨੂੰ ਵਿਖਾ ਦਾਂਗੇ ਹਨਾ ਭਾਰੀ ਗੱਲਾਂ ਕਿੱਥੋਂ ਆਈਆਂ ਤੈਨੂੰ ਇਹਨੀ ਗੱਲਾਂ ਪਤਾ ਨਹੀਂ ਆ ਆਈ ਜਾਂਦੀਆਂ ਛੋਟਾ ਹੁੰਦਾ ਕੀ ਬਦਾਮ ਖਾਂਦਾ ਰਿਹਾ ਆਹੋ ਮੇਰੀ ਮੰਮੀ ਨੇ ਨਾ ਮੈਨੂੰ ਜੰਮਾ ਲੱਗਾ ਬਦਾਮ ਸਵਾਰੇ ਕਾਰੂ ਕਨੋਟ ਹੋਰ ਕੀ ਹੁੰਦਾ ਉਹ ਕਿਸਮਿਸ਼ ਕਿਸਮਿਸ਼ ਹੁੰਦੀ ਤੇ ਉਹ ਜਿਹੜੀ ਮਨੱਕੇ ਦੀ ਤੇ ਉਹਦੀ ਕਾਲੀਆਂ ਮਿਰਚਾਂ ਦੀ ਗੋਲੀ ਨਹੀਂ ਬਣਾ ਖਾਈਦੀ ਜਦ ਜ਼ੁਕਾਮ ਹੁੰਦਾ ਉਹ ਵੀ ਖਾਧੀ ਕਿਤੇ ਮੇਰੀ ਮੰਮੀ ਨੇ ਮਗਰ ਪਿਲਿਆ ਦੁੱਧ ਤੇ ਹੁਣ ਮੈਂ ਇਦਾਂ ਤੇਜ਼ ਵਾਂ ਹੋਈ ਗੱਲ ਹੋਈ ਨਾ ਸਾਰਾ ਤੇ ਤੂੰ ਹੀ ਆ ਕਿ ਹੋਰ ਵੀ ਆ ਕੇ ਦੂਜੇ ਨਹੀਂ ਭਾੜੀ ਮੈਨੂੰ ਤੇ ਮੈਨੂੰ ਕੀ ਪਤਾ ਹੁਣ ਮੇਰੇ ਤੋਂ ਵੀ ਤੇਰੇ ਕੈ ਦਿਮਾਗ ਲਾਉਣ ਵਾਲੇ ਬੰਦੇ ਨਾ ਤੇਰੇ ਘਰ ਦੀ ਗੱਲ ਕਰੀਏ ਤੇਰੇ ਘਰ ਘਰ ਦੇ ਘਰ ਚ ਕੌਣ ਘਰੇ ਤੂੰ ਘਰੇ ਨਹੀਂ ਰਹਿੰਦਾ ਮੈਂ ਤਾਂ ਭਾੜੀ ਨੀਵਾ ਹੋ ਕੇ ਤੁਰਦਾ ਕਿਉਂ ਕੱਦ ਨਿਕਾ ਨਹੀਂ ਕੱਦ ਦੀ ਨਹੀਂ ਕਰ ਲੈ ਹਾਂ ਤੋ ਅਸੀਂ ਵੱਡਿਆਂ ਨੂੰ ਰਿਸਪੈਕਟ ਕਰੀਦੀ ਆ ਅੱਛਾ ਬਲ ਸਿਆਣਾ ਬੰਦਾ ਤੂੰ ਨਹੀਂ ਨਹੀਂ ਹਾਂ ਸਿਆਣਾ ਆਈ ਨਹੀਂ ਆਣੇ ਆਣੇ ਆ ਓਹੋ ਮੈਂ ਗੱਲ ਅਕਲ ਦੀ ਕੀਤੀ ਕਿ ਅਕਲ ਤੋਂ ਸਿਆਣਾ ਨਾ ਹਾਂ ਜੀ ਅਕਲ ਤੋਂ ਸਹੀ ਹਾਂ ਫੇਰ ਠੀਕ ਆ ਹਾਂ ਜੀ ਹੁਣ ਦੱਸ ਹੁਣ ਕੀ ਕੀ ਕਰੇ ਫਿਰ ਕਿਵੇਂ ਕਿਵੇਂ ਵਰਗਾ ਕੌਣ ਜ਼ਿਆਦਾ ਸਿਆਣਾ ਕੌਣ ਜ਼ਿਆਦਾ ਤੇਜ਼ ਚਲਾਕ ਚਲਾਕ ਤਾਂ ਪਹਿਲਾਂ ਸਿਆਣੇ ਸੀ ਦਾਦੇ ਦੂਦੇ ਹੁਣੀ ਹੁਣ ਤੇ ਹੁਣ ਉਹ ਗੁਜ਼ਰ ਗਏ ਨੇ ਹੋਰ ਸਹੀ ਗੱਲ ਜੇ ਡੈਡੀ ਮੈਨੇ 50 ਰੁਪਏ ਦਿੱਤੇ ਤੇ 20 ਦੀ ਮੂੰਗਲੀਆਂ ਲਈਆਂ ਉਹਨੇ 60 ਫੇਰ ਦੇਤੇ ਵਾਪਸ ਮੈਂ ਵੀ ਉਹ ਲੱਗਦਾ ਵਿਚਾਰਾ ਉਦਾਂ ਦਾ ਹੀ ਟੈਂਸ਼ਨ ਟੂਸ਼ਨ ਲੈਣ ਡਿਆ ਖੜੇ ਕੋਈ ਮੈਂ ਡੈਡੀ ਤੂੰ ਉਹ ਕਹਿ ਦਿੰਦੇ ਡੈਡੀ ਕਹਿੰਦਾ ਭਰਾ 30 ਮੈਂ ਕਿਹਾ ਹੈ ਭਰਾ 30 ਦੇ ਵਾਪਸ ਹੈ 30 ਲੈ ਡੈਡੀ ਨੇ ਡੈਡੀ ਕੀ ਕੰਮ ਕਰਦੇ ਤੇਰੇ ਉਹ ਫੈਕਟਰੀ ਚ ਫੈਕਟਰੀ ਚ ਤੂੰ ਨਾਲ ਚੱਲ ਜਾ ਕਰ ਤੂੰ ਵੇਲਾ ਕਰੇ ਕਰ ਭਾੜੀ ਮੇਰੀ ਅੱਗੇ ਬਾਹ ਆਈ ਤੈਨੂੰ ਵਿਖਾਈ ਅੱਗੇ ਵੀ ਬਾ ਹੁਣੇ ਟੁੱਟੀ ਹੈ ਟੁੱਟੀ ਕਿਵੇਂ ਸੱਚੇ ਉਹਨੇ ਮਾਰਿਆ ਟੁੱਟੀ ਨਹੀਂ ਆ ਬੱਲੋ ਨੇ ਮਾਰਿਆ ਇੱਥੇ ਹਾਂ ਆਹ ਬੱਲੋ ਨੇ ਮਾਰਿਆ ਵਾ ਫੇਰ ਕਿਉਂ ਟੁੱਟੀ ਹੈ ਇਹ ਭਾਰੀ ਪਤਾ ਮੈਂ ਸਕੂਲੇ ਗਾਣਾ ਗਾਉਂਦਿਆ ਡੈਕਸ ਤੇ ਤੇ ਦੋ ਮੁੰਡੇ ਲੜ ਪਏ ਚੱਲ ਸਿੱਧਾ ਟੈਣਾ ਨੈਣ ਇਹ ਕੀ ਉਹ ਫਿਲਮਾਂ ਦੀ ਐਂਟਰੀ ਇਦਾਂ ਆਉਂਦੀ ਨਹੀਂ ਅੱਛਾ ਠੀਕ ਠੀਕ ਹੈ ਹਾਂਜੀ ਹਾਂ ਤੇ ਫਿਰ ਅੱਗੇ ਕੀ ਹੋਇਆ ਅੱਗੇ ਫਿਰ ਸੱਟ ਪਿੱਟ ਲੱਗ ਗਈ ਤੂੰ ਗਾਣਾ ਗਾਉਂਦਿਆ ਉਹ ਆਪਦਾ ਲੜਾਈ ਕਰਨ ਦੇ ਉਹ ਐਕਟਿੰਗ ਕਰਨ ਦੇ ਹੋਣੀ ਨਾ ਤੇਰੇ ਚ ਕਿਵੇਂ ਵੱਜ ਗਈ ਉਹ ਨਹੀਂ ਭਾਰੀ ਉਹ ਜਿੱਦਾਂ ਹੁਣ
ਆ ਡੈਕਸ ਮੇਰਾ ਇੱਥੇ ਲੜਾਈ ਹੁੰਦੀ ਆ ਹਾਂ ਹਾਂ ਆ ਗਈ ਹੁੰਦੀ ਆ ਕੂ ਕੂ ਉਹ ਕੋ ਨਹੀਂ ਮੇਰਾ ਫੋਨ ਆਇਆ ਅੱਛਾ ਅੱਛਾ ਮੈਂ ਆ ਪਤਾ ਨਹੀਂ ਕੀ ਕੂ ਕੂ ਤੇ ਤਾਂ ਇਦਾਂ ਹੀ ਲੜ ਪਏ ਤੇ ਇਦਾਂ ਹੀ ਉਹ ਡੈਕਸ ਵੱਜ ਗਿਆ ਚੱਲ ਥੱਲੇ ਸਿੱਧਾ ਹੀ ਬਹੁਤ ਛੋੜੀ ਮੰਗਦੇ ਫਿਰਨ ਕੌਣ ਉਹ ਮੁੰਡੇ ਅੱਛਾ ਮੈਂ ਦੱਸਤਾ ਸਾਰਿਆਂ ਨੂੰ ਸਾਰਿਆਂ ਦੇ ਵੀ ਹੁਣ ਕੀ ਕਰੀਏ ਮੈਂ ਫਿਰ ਮੈਂ ਕਰਾਂ पट्टी लंबी जानी दे बापू जी है पाकड़पुरे मलदे चीका कढ़ाउंदे चंगिया फिर भापा मेनू आंदा आराम ना बह जा तू जो बलू आया तेन मिलन जो तू पहली बार वेख्या की चीज तुरी मेरे मन जाने ना बलू ने जो किया सारे खलोई जाते देख लैनी अज टीवी तसा गया हूं दसो टप्पा बन दिया दसो देख ला टीवी तसा गया बनना चाहिए बंदा डपने हाथ तेरा थोड़े वर्गा जेब किदा है चिरका भुल गया बड़ी बाबा चिरदा गाना हाँ चल और कोई गाना सुना दे इदा दा जेड़ा तू आप जुड़िया होवे जोड़ दे ना आप गाने ना गाने किसे दे गाना ना जेड़ा तू गाना गाया सी कीदा सी केड़ा टाइम दसो ए कोड गुरु भजन लिखया है और भी गाना हैगा कोई हां जी और केड़ा और रैप है अपने मिट्टी पा तू खेती तेरी सहेली सारी मैंने गमी पे मैनु पता जब मर्जी आ अगे को जाते मीट लिया पैसे नहीं है दस दूर कल ही नाम लैती गोलू को फल ली राजा नहीं राजे नहीं डैडी को लड़ी दे अच्छा तू आप मंगता फिर सही गल डैडी को मंगी दे को नहीं मंगी दे अच्छा चल वधिया फोन फान रखे को ਕੁੜੀਆਂ ਵੀ ਕਰ ਦਿੰਦੀਆਂ ਨੇ ਅੱਛਾ ਉਹ ਕੀ ਆਂਦੀਆਂ ਨੇ ਕੁੜੀ ਹੈ ਲੋਗ ਇੰਗਲਿਸ਼ ਬੜੀ ਮਾਰਨਗੇ ਭਾਜੀ ਹੁਣ ਭਾਜੀ ਬੰਦਾ ਦਾਦਾ ਹੋਊਗਾ ਤੇ ਬੰਦਾ ਇੰਗਲਿਸ਼ ਕਿੱਥੋਂ ਲੈ ਆਇਆ ਅੱਛਾ ਕਰਨਾ ਵੀ ਭਾਈ ਮੈਨੂੰ ਪੰਜਾਬੀ ਆਉਂਦੀ ਆ ਮੈਂ ਅੰਗਰੇਜ਼ੀ ਜੀ ਨਾਲ ਬੋਲ ਆ ਕਿਸੇ ਮਸੀ ਹੁਣ ਬਾਹਰ ਚੱਲ ਜੇ ਬੰਦਾ ਮੈਂ ਤੇ ਆਪ ਨਾ ਕਰਾਂ ਹੁਣ ਮੈਂ ਕਹਣਾ ਵਾ ਉੱਥੇ ਮੈਂ ਲਾ ਦੇਣਾ ਵਾ ਜਿੰਨੇ ਗੱਲ ਕਰਨੀ ਪੰਜਾਬੀ ਵਿੱਚ ਫਿਰ ਅੰਗਰੇਜ਼ ਵੀ ਕਰ ਥਿਸ ਇਜ਼ ਗੋਲੂ ਭਾਈ ਹਾਂਜੀ ਹਾਂਜੀ ਗੋਲੂ ਭਾਜੀ हमने आपके बहुत सॉन्ग सुने हैं तो हमको एक सॉन्ग सुना दो गोरे बोल दें कभी बाहर गया तो फिर तेन गोरे कितने मर पे
ਨੇ ਮਿਲ ਪਣੀ ਤੇ ਗੱਲ ਇਦਾਂ ਕਰੂਗੀ ਗੜੀ ਅੱਛਾ ਗੋਰੇ ਵੀ ਤੇ ਨਾਲ ਇਦਾਂ ਗੱਲ ਕਰੂਗਾ ਚੜਾਈ ਫਿਰ ਮੁੰਡ ਦੀ ਯਾਰ ਪੂਰੀ ਚੜਾਈ ਕਾਦੀ ਭਾਜੀ ਅਗਲੇ ਭਾਏ ਗਾਂ ਚ ਪੇੜ ਮਾਰ ਕੇ ਚੱਲ ਤੂੰ ਕੌਣ ਸਹੀ ਗੱਲ ਜੇ ਹੈਗੀ ਇਹ ਵੀ ਗੱਲ ਹੁੰਦੀ ਤੁਹਾਨੂੰ ਪਤਾ ਗੋਰਿਆਂ ਦੀ ਚੱਲ ਤੇਰੀ ਪਹਿਲੀ ਜਿਹੜੀ ਇੰਟਰਵਿਊ ਤੇਰੀ ਪਹਿਲੀ ਸਟੋਰੀ ਵਾਇਰਲ ਹੋਈ ਇੰਸਟਾਗ੍ਰam ਤੇ ਉਹ ਕਿਹੜੀ ਸੀ ਕਿਵੇਂ ਬੋਲਿਆ ਕੀ ਹੋ ਚ ਚੜਾਣ ਦੇ ਗਾਲਾਂ ਵਾ ਗਾਲਾਂ ਤਾਂ ਸਵਾਰ ਕੁੱਖ ਨਹੀਂ ਕੀਤਾ ਨਹੀਂ ਵਿੱਚ ਗਾਲਾਂ ਵਾ ਅੱਛਾ ਵਿੱਚ ਗਾਲਾਂ ਵਾ ਉਹ ਗਾਲਾਂ ਤੇ ਆਪਾਂ ਬੀਟ ਲਾ ਲਾਂਗੇ ਚੱਲ ਠੀਕ ਹੈ ਸੁਣਾ ਸੁਣਾ ਨੀ ਭੈਣ ਨੂੰ ਸਾਲਿਆ ਤੈਨੂੰ ਕਿੰਨੇ ਕਿਹਾ ਮੈਂ ਪਾਲਰ ਦਾ ਮੁੰਡਾ ਭੈਣ ਚੰਦ ਗੰਦ ਪਾਇਆ ਸਾਲਿਓ ਤੁਹਾਡੇ ਵਾਂਗੂ ਥੋੜੀ ਪਨੀਰੀ ਪੁੱਟੀ ਜਾਣੀ ਭੈਣ ਚੰਦ ਪੈਹਾਂ ਦਾ ਨੀਰਾ ਸਾਲਿਓ ਗੰਦ ਪਾਇਆ ਟੁਣ ਨੂੰ ਐਂਡ ਦੇ ਟੁਣ ਨੂੰ ਕੀ ਹੁੰਦਾ ਯਾਰ ਇਹ ਬੜੀ ਰਹਿ ਪਏ ਤੇਰਾ ਇਹ ਉਹ ਜਿਵੇਂ ਜਦੋਂ ਰੈਸਲਿੰਗ 'ਚ ਖੇਡਣ ਆਉਂਦਾ ਤਾਂ ਬੰਦਾ ਮਿਊਜ਼ਿਕ ਵਾਜਦਾ ਤਾਂ ਤੇਰਾ ਮਿਊਜ਼ਿਕ ਹੈਟ ਹੈ ਨਾ ਨਾ ਚਪਲਾਂ ਜਿਮ ਜੁਮ ਮੈਂ ਭਲਾ ਕੀ ਕਰ ਦੇਣਾ ਦੋ ਦੋ ਇੱਟਾਂ ਇੱਕ ਹੱਥ ਤੇ ਨੀ ਇੱਕ ਇੱਧਰ ਇੱਕ ਇੱਧਰ ਚੱਲ ਇੱਧਰ ਪਾਡੋਲੇ ਫੇਰ ਨੀ ਬਣੇ ਬਾਹ ਨਾਲ ਲਾਲੀ ਫੇਰ ਬਾਹ ਦਾ ਮਾਸ ਪਾਟ ਉਹ ਗੱਲ ਮੈਂ ਤੁਹਾਨੂੰ ਦੱਸਣੇ ਬਡੋਲੇ ਫੇਰ ਨੀ ਬਣੇ ਕਿਉਂ ਕਮਜ਼ੋਰੀ ਆ ਗਈ ਬਾਹ ਤੇ ਡੋਲੇ ਕਿੱਦਾਂ ਬਣ ਜਾਣ ਤੂੰ ਮੀਟ ਅੰਡਾ ਖਾਇਆ ਕਰ ਚਾਚਾ ਮੀਟ ਅੰਡਾ ਨਹੀਂ ਖਾਂਦਾ ਮੀਟ ਨੂੰ ਪਰ ਜੀ ਨਹੀਂ ਕਰਦਾ ਕਿਉਂ ਭਾਣ ਕੀ ਚੱਕਰ ਵੈਸ਼ ਨੂੰ ਨਹੀਂ ਵੈਸ਼ ਨੂੰ ਨਹੀਂ ਘੱਟ ਹੀ ਖਾਈਦਾ ਕੀ ਮੀਟ ਅੰਡਾ ਅੱਛਾ ਤੂੰ ਤੂੰ ਖਾ ਪੀ ਸਕੋ ਭਲਵਾਨ ਲੱਗਾ ਬਣ ਉਹ ਜਦੋਂ ਮੇਰੀ ਵੀਡੀਓ ਆਈ ਨਾ ਤੂੰ ਕੀ ਖਾਣਾ ਗੋਲ ਗੱਪੇ ਖਾਣਾ ਨਾ ਨਹੀਂ ਨਹੀਂ ਅਸੀਂ ਖਾਣੇ ਆਂਡੇ ਉਂਡੇ ਉਹਨਾਂ ਦਾ ਭਾੜੀ ਪਤਾ ਨਹੀਂ ਕੀ ਹੋਇਆ ਹੁਣ ਨਜ਼ਰ ਲੱਗ ਗਈ ਯਾਰ ਨਜ਼ਰ ਲੱਗ ਗਈ ਲੋਕਾਂ ਦੀ ਖੜੇ ਪਰ ਯਾਰ ਉਹ ਭਲਵਾਨ ਨੂੰ ਨਹੀਂ ਨਜ਼ਰ ਲੱਗਦੀ ਉਹ ਐਡਾ ਮੋਟਾ ਵੇਖ ਲੈ ਇੰਨਾ ਕੁਝ ਖਾਂਦਾ ਸਹੀ ਗੱਲ ਜੀ ਮਾੜੇ ਬੰਦੇ ਨੂੰ ਨਜ਼ਰ ਲੱਗ ਜਾਂਦੀ ਹੈ ਨਾ ਮਾੜੇ ਬੰਦੇ ਲੱਗ ਜਾਂਦੀ ਅਸੀਂ ਭਾੜੀ ਦੇ ਸਾਹਮਣੇ ਤੀਲਾ ਹੁਣ ਸਗੋ ਤੀਲਾ ਹੋ ਗਏ ਹਾਂ ਉਦਾਂ ਨਹੀਂ ਜੇ ਕੋਈ ਗੱਲ ਬਾਹ ਠੀਕ ਹੋਣੀ ਚਾਹੀਦੀ ਮੇਰੀ ਤੇ ਜੇ ਬਾਹ ਠੀਕ ਹੁੰਦੇ ਫਿਰ ਫਿਰ ਅਸੀਂ ਦੋਵਾਂ ਨੇ ਢਾਲਣਾ ਸੀ ਦੋਵਾਂ ਭਰਾਵਾਂ ਨੇ ਕਿਨੂੰ ਬੱਲੋ ਨੂੰ ਅੱਛਾ ਹਾਂਜੀ ਕਿਉਂ ਐਡਾ ਤਕੜਾ ਢਾਲੋਗੇ ਉਹ ਬੰਦਾ ਕਹਿੰਦਾ ਭਾਜੀ ਹੁਣ ਮੈਂ ਵੀ ਸੱਚ ਭਾਈ ਤੂੰ ਇਹਦੀ ਕਬੱਡੀ ਵਾਲੀ ਵੀਡੀਓ ਨੂੰ ਵੇਖੀ ਹਣਾ ਕਬੱਡੀ ਵਾਲੀ ਕਬੱਡੀ ਵਾਲੀ ਵੀਡੀਓ ਉਹ ਚ ਵੇਖੋ ਪਤਲਾ ਜਿਹਾ ਮੁੰਡਾ ਹੁੰਦਾ ਉਹ ਇਦਾਂ ਭੱਜ ਭੱਜਿਆ ਉਹ ਕੋ ਜਾਣ ਨਹੀਂ ਜਾ ਚੱਲ ਇਦਾਂ ਮਾਰਦਾ ਡਿੱਗ ਪੈਂਦਾ ਉਹ ਬਾਹ ਉਹ ਤਾਂ ਗੁੱਟ ਟੁੱਟ ਜਾਂਦਾ ਤਾਂ ਆਹੋ ਇਹ ਲੋਦੜ ਆ ਗਿਆ ਛੋਟਾ ਲੋਦੜ ਦੇਖੀ ਉਹ ਮਲ ਨਹੀਂ ਰਿਹਾ ਹੁੰਦਾ ਚ ਨਹੀਂ ਉਹ ਕਹਿੰਦਾ ਹੁਣ ਤੇ ਕਹਿੰਦਾ ਮੇਰਾ ਗੁੱਟ ਕੈਮ ਹੋ ਗਿਆ ਹੁਣ ਤੇ ਮੈਂ ਕੱਲੇ ਕੱਲੇ ਫੜੂੰਗਾ ਐਦਾਂ ਕਰਦਾ ਆਹੋ ਬੜੀ ਉਹ ਬੰਦਾ ਉਦਾਂ ਦਾ ਵਾ ਤੁਹਾਨੂੰ ਪਤਾ ਉਹ ਹੁਣ ਵੱਡੇ ਬੰਦੇ ਅਸੀਂ ਬੜੀ ਗਰੀਬ ਬੰਦੇ ਸਾਡੇ ਜਿਹੜੀ ਕਾਰਖਾਨੇ ਜਾਂਦਾ ਬੜੀ ਨਹੀਂ ਯਾਰ ਤੂੰ ਫਿਲਮਾਂ ਚ ਆਉਣ ਲੱਗ ਪਿਆ ਤੇਰੇ ਗਾਣੇ ਆ ਗਏ ਤੇਰੇ ਗਾਣੇ ਦੇ ਵਿੱਚ ਰੈਪ ਚੱਲਣ ਲੱਗ ਪਰ ਬੜੀ ਮੈਂ ਕਿਉਂ ਕਵਾਂ ਮੈਂ ਫਿਲਮਾਂ ਆ ਜਾਣ ਜੋ ਮਰਜ਼ੀ ਆ ਜੇ ਕਿਉਂ ਕਵਾਂ ਮੈਂ ਹਣਾ ਭਾਜੀ ਤੇਰੀ ਚੀਜ਼ ਕੋਈ ਨਹੀਂ ਆ ਗਈ ਪੱਕੀ ਗੱਲ ਵੇਖ ਲਾ ਅਗਲੇ ਨੀ ਵੇਂਦੇ ਹੁੰਦੇ ਤੁਹਾਨੂੰ ਪਤਾ ਸਕੂਲੇ ਮਾਸਾ ਮਜ਼ਾਕ ਚੱਲਦਾ ਵਾ।